ਸੀ ਟਿਕਦਾ ਇਹ ਕੁਰਾਨ ਵਿੱਚ ਲਿਖੇ ਗੱਲ ਦੀ ਜਦੋਂ ਵੰਡ ਕਰਾਂਗਾ ਹੋਰ ਸਵਾਲ ਆ ਜਾਏਗਾ ਫਿਰ ਧਿਆਨ ਨਾਲ ਮੈਂ ਸੋਚ ਕੇ ਆਉਂਦਾ ਤੋਲ ਕੇ ਬੋਲਿਆ ਮਾਈ ਕੋਰਾ ਸੁਣਦੀ ਸੀ ਉਹ ਮੇਰੇ ਨਬੀ ਉੱਤੇ ਨਹੀਂ ਛਿਟਕਦਾ ਕੁਰਾਨ ਵਿੱਚ ਲਿਖਿਆ ਕਿਉਂਕਿ ਕੁਰਾਨ ਆਉਂਦਾ ਵਾ ਤਾਹਿਰਾ ਕੁਮ ਤਤਹੀਰਾ ਪਲੀਤੀ ਇਹਨਾਂ ਦੇ ਕਰੀਬ ਆ ਨਹੀਂ ਸਕਦੀ ਆ ਲਵਾ ਦੇ ਘੋੜ ਆਖਾ ਜੇ ਸੁਭਾਨ ਅੱਲਾਹ ਦੀ ਛੱਲ ਮਾਰੇ ਨੁਕਤੇ ਬੜੇ ਬੋਲਣ ਵਾਲਾ ਬਾਲ ਬੰਦੇ ਆਉਂਦੇ ਨੇ ਡੋਗਰ ਇਹ ਤੇ ਆਮ ਗੱਲ ਇਹ ਚੋ ਨੁਕਤਾ ਕਿਵੇਂ ਕੱਢਿਆ ਮੈਂ ਕਿਹਾ ਇਹ ਮਾਈ ਵਾਲੀ ਏਡੀ ਆਮ ਗੱਲ ਵੀ ਹਰ ਮੌਲਵੀ ਇਹ ਪੜ੍ਹੀ ਤੇ ਮੇਰੀ ਤੇ ਵਾਰੀ ਆਖਰ ਚਾਹੀਏ ਕਿਸੇ ਆਖਿਆ ਸੀ ਮੇਰੀ ਵਾਰੀ ਨਾ ਆਏ ਤੇ ਮੈਂ ਕੀ ਕਰਾਂ ਲੇਕਿਨ ਏਡੀ ਸਵਾਦੀ ਗੱਲ ਕਿਸੇ ਦੀ ਮੈਂ ਹੋਰ ਦਲੀਲ ਹਰ ਰੋਜ਼ ਸਰਕਾਰ ਲੰਘਦੇ ਸਨ ਹਰ ਰੋਜ਼ ਹੀ ਕੂੜਾ ਸੁਣਦੀ ਸੀ ਇੱਕ ਦਿਨ ਜਦ ਨਵੀਂ ਗਿਆ ਤੇ ਮਾਈ ਕੋਈ ਨਾ ਸਿੱਧੀ ਕਿ ਇੱਕ ਵਾਰ ਅਰਜ਼ ਕੀਤਾ ਆਖਾ ਅੱਜ ਉਹ ਕੂੜਾ ਸੁੱਟਣ ਵਾਲੀ ਨਹੀਂ ਦਿਸੀ ਤੇ ਚੱਲੀਏ ਮੇਰੇ ਨਵੀਂ ਫਰਮਾਨ ਮੈਂ ਇੱਕ ਕਦਮ ਵੀ ਅੱਗੇ ਨਹੀਂ ਚੁੱਕਾਂਗਾ ਭਾਵੇਂ ਕੂੜਾ ਸੁੱਟ ਕੇ ਲਾਂਦੀ ਸੀ ਹਾਜ਼ਰੀ ਤੇ ਰੋਜ਼ ਲਾਂਦੀ ਸੀ ਲੈ ਘਰ ਜਾ ਕੇ ਆ ਗੱਲ ਸੋਚੀ ਮੈਂ ਤੈਨੂੰ ਮੋਹਲਤ ਪਿਆ ਦਿੰਦਾ ਮੂੰਹ ਤੇ ਰਜ਼ਾਈ ਪਾ ਕੇ ਮੇਰੀ ਗੱਲ ਦੀ ਵੰਡ ਕਰੀ ਸਾਡਾ ਏਡਾ ਲਜਪਾਲ ਨਬੀਏ ਜਿਹੜੀ ਮਾਈ ਕੂੜਾ ਸੁੱਟ ਕੇ ਹਾਜ਼ਰੀ ਲਵਾਵੇ ਤੇ ਇੱਕ ਦਿਨ ਗੈਰ ਹਾਜ਼ਰ ਹੋ ਜਾਏ ਜਿਹੜਾ ਨਬੀ ਉਸ ਮਾਈ ਦਾ ਏਡਾ ਇੰਤਜ਼ਾਰ ਕਰਦਾ ਹੈ ਤੇ ਜੇ ਤੂੰ ਹਰ ਰੋਜ਼ ਇਸ਼ਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਦਰੂਦ ਪੜ ਕੇ ਹਾਜ਼ਰੀ ਲਵਾਏਗਾ ਪਤਾ ਨਹੀਂ ਹੌਜ਼ੇ ਕੌਸਰ ਉੱਤੇ ਤੇਰਾ ਕਿੰਨਾ ਇੰਤਜ਼ਾਰ ਕਰੇਗਾ ਹੋਰ ਆਉਣਾ ਤੇ ਪਿਛਲੀ ਗੱਲ ਭੁੱਲ ਗਈ ਉਹਨਾਂ ਜਿਹੜੀ ਮੈਂ ਸ਼ੁਰੂ ਕੀਤੀ ਹੈ ਗੱਲ ਹੈ ਯਾਦਗੀ ਦੀ ਅਸੀਂ ਭਾਵੇਂ ਦਾੜੀ ਮੁੰਨੇ ਆ ਸੁਣੀ ਭਾਵੇਂ ਬੇਅਮਲਾਂ ਭਾਵੇਂ ਬੇਨਮਾਜ਼ੀ ਆ ਭਾਵੇਂ ਕਿਰਦਾਰ ਧੱਬਾ ਪਰ ਅੱਲਾ ਦੀ ਕਸਮ ਚੁੱਕ ਕੇ ਅਸੀਂ ਹਲਫੀਆ ਬਿਆਨ ਦਿੰਦੇ ਹਾਂ ਕਲਮਾ ਪੜ੍ਹਨ ਤੋਂ ਬਾਅਦ ਦਰੂਦ ਪੜ੍ਹਨਾ ਇਸ ਬਾਤ ਦੀ ਦਲੀਲ ਹੈ ਕਿ ਅਸਾਂ ਨਬੀ ਦੇ ਈਮਾਨ ਵਾਲੇ ਸਕੂਲ ਵਿੱਚ ਦਾਖਲ ਹੋ ਚੁੱਕੇ ਹਾਂ ਹੁਣ ਮੈਂ ਇੱਕ ਗੱਲ ਕਰਨੀ ਹੈ ਤੇ ਕਿਬਲਾ ਸਾਹਿਬ ਮਾਸ਼ਾਅੱਲਾ ਬੜੀ ਬਾਇਜ਼ਤ ਸ਼ਖਸੀਅਤ ਬੜੇ ਮੁਹਤਰਮ ਇਨਸਾਨ ਕਿਉਂਕਿ ਆਪ ਮਾਸਟਰ ਵੀ ਨੇ ਇੱਕ ਗੱਲ ਮੈਂ ਹੁਣ ਇਹ ਮੈਂ ਸਕੂਲ ਦੇ ਵਿੱਚੋਂ ਕੱਢੀ ਹੈ ਉਹ ਮੈਂ ਦੱਸਣਾ ਚਾਹੁੰਦਾ ਸਕੂਲ ਵਿੱਚ 500 ਬਾਲ ਪੜ੍ਹਦਾ ਹੋਵੇ ਨਾ ਕਿੰਨਾ ਮੈਨੂੰ ਉੱਚਾ ਨਹੀਂ ਸੁਣਦਾ ਮੈਂ ਆਹਨਾ ਬੋਲੋ ਬਰੇਲਵੀਓ ਬੋਲੋ ਕਿੰਨਾ 500 ਤੇ ਸਕੂਲ ਦੀ ਚਾਰ ਦੀਵਾਰੀ ਦੇ ਉਤਲੇ ਪਾਸੋਂ ਦੀ ਗਲੀ ਦੇ ਵਿੱਚੋਂ ਕੋਈ ਬਾਲ ਐਡਾ ਕੁ ਡੰਡਾ ਲੈ ਕੇ ਪੈਰ ਐਵੇਂ ਰੜਾਉਂਦਾ ਜਾਵੇ ਉਹ ਅਚਾਨਕ ਉਹ ਦੀਵਾਰਾਂ ਛੋਟੀਆਂ ਛੋਟੀਆਂ ਸਕੂਲ ਦੀਆਂ ਪੈਰ ਅੰਦਰ ਆ ਗਿਆ ਮਾਸਟਰ ਫੌਰਨ ਆਖਿਆ ਉਹ ਚੌਕੇ ਬਾਲ ਸੁੱਟ ਦਿਓ ਬਾਲ ਸੁੱਟ ਦਿੱਤਾ ਉਹਨੇ ਫਿਰ ਉਹ ਫਿਰ ਆ ਚੌਕੇ ਬਾਲ ਸੁੱਟ ਦਿਓ ਬਾਲ ਸੁੱਟ ਦਿੱਤਾ ਉਹ ਫਿਰ ਆ ਉਸ ਮਾਸਟਰ ਤੋਂ ਬੰਦਾ ਜਾ ਕੇ ਪੁੱਛੇ ਵੀ ਇਸ ਮੁੰਡੇ ਨੂੰ ਸਜ਼ਾ ਦੇ ਉਹ ਸਕਿਆ ਕਿਵੇਂ ਦੇਵਾਂ ਇਹਦਾ ਨਾਂ ਨਹੀਂ ਦਾਖਲ ਲੋ ਜੀ ਬੋਲ ਸਕਦੇ ਹੋ ਬੋਲੋ ਇਹਦਾ ਸਵਾਲ ਇੱਥੇ ਵੀ ਅਗਲੀ ਗੱਲ ਦਾ ਹੋਰ ਆ ਜਾਣਾ ਤੁਸੀਂ ਫਿਰ ਉਸ ਮੁੰਡੇ ਦੇ ਪਿਓ ਕੋਲ ਚਲੇ ਜਾਓ ਉਹਨੂੰ ਆਖੋ ਵੀ ਭਾਈ ਓ ਚੌਧਰੀ ਚੌਧਰੀ ਅਜ਼ਮਤੁੱਲਾ ਜੀ ਉਹ ਆ ਮੁੰਡਾ ਤੁਹਾਡਾ ਖੱਜਲ ਕਰਦਾ ਹੋਏ ਖਰਾਬ ਕਰਦਾ ਇਹ ਮਾਸਟਰ ਨੂੰ ਵੀ ਜ਼ਲੀਲ ਪਿਆ ਕਰਦਾ ਤੇ ਬਾਲਾਂ ਨੂੰ ਵੀ ਨਹੀਂ ਪੜ੍ਹਨ ਦਿੰਦਾ ਉਹ ਮੁੰਡਾ ਰੋਕੋ ਉਸਤਾਦਾ ਕੀ ਆਖਿਆ ਸੀ ਵੀ ਇਹਦਾ ਨਾਂ ਹੁਣ ਅੱਬੇ ਕੀ ਆਖਿਆ ਹੋ ਸਕਿਆ ਜੇ ਏਡਾ ਚੰਗਾ ਹੁੰਦਾ ਤੇ ਅਸੀਂ ਸਕੂਲੇ ਦਾਖਲ ਨਾ ਕਰਾ ਦਿੰਦੇ ਮਨੂੰ ਹੋਇਆ ਜਿਹੜਾ ਹਵਾਰਾ ਹੋਵੇ ਨਾ ਉਹਦਾ ਨਾਂ ਘਰ ਦਾ ਵਾਰਸ ਬਣਦਾ ਹੈ ਨਾ ਬਾਹਰ ਦਾ ਵਾਰਸ ਬਣਦਾ ਹੈ ਗੁਨਾਹਗਾਰ ਜ਼ਰੂਰ ਆ ਹਵਾਰੇ ਨਹੀਂ ਆ ਨਬੀ ਦੇ ਸਕੂਲੇ ਦਾਖਲ ਆ ਚੇਲਿਆਂ ਫਿਰ ਆਖਿਆ ਉਸ ਆਖਿਆ ਉਸਤਾਦ ਜੀ ਏਡਾ ਵੱਡਾ ਮਿਸ਼ਨ ਤੁਸੀਂ ਧੀਆਂ ਨੂੰ ਕਹਿ ਕੇ ਆਈ ਬੰਦੇ ਗੁਮਰਾਹ ਕਰਦੇ ਤੇ ਕਰਦੇ ਨਹੀਂ ਬੰਦੇ ਨਮਾਜ਼ਾਂ ਪੜ੍ਹੀ ਜਾਂਦੇ ਬੰਦੇ ਰੋਜ਼ੇ ਰੱਖੀ ਜਾਂਦੇ ਗੁਮਰਾਹ ਨਹੀਂ ਕਰਦੇ ਮੇਰੇ ਵੱਲ ਵੇਖ ਪੁੱਤਰ ਮੇਰੇ ਵੱਲ ਵੇਖ ਮੇਰੇ ਵੱਲ ਵੇਖ ਬੇਟਾ ਉਹਨੇ ਹੁਣ ਜਿਹੜਾ ਜਵਾਬ ਦਿੱਤਾ ਕਿਹੜਾ ਬੰਦਾ ਜਿਹੜਾ ਮਜ਼ਾ ਲਵੇਗਾ ਖੁਦਾ ਦੀ ਕਸਮ ਆਪ ਕਿਆ ਸੋਚਣਾ ਹੋਵੇ ਜੋ ਗਰਾਂ ਨਾ ਹੀ ਕੱਢ ਗੱਲ ਕਿਉਂਕਿ ਮੈਂ ਕੱਢਣੀ ਹੈ
ਤੇ ਇਹਨਾਂ ਬਰੇਲੀਆਂ ਨਹੀਂ ਆ ਬੋਲਣਾ ਹੋਵੇ ਨਹੀਂ ਆਰਾਮ ਕਰੋ ਚੇਲਿਓ, ਮੈਂ ਬੰਦੇ ਗੁਮਰਾਹ ਕਰ ਦਿਆਂਗਾ ਲੇਕਿਨ ਨਮਾਜ਼ਾਂ ਤੋਂ ਨਹੀਂ ਰੋਕਾਂਗਾ ਤੇ ਨਾ ਇਬਾਦਤ ਤੋਂ ਰੋਕਾਂਗਾ। ਹੋ ਸਕਿਆ ਕਿਉਂ? ਹੋ ਸਕਿਆ ਜਿਹੜੀ ਮੇਰੇ ਸਿਰ ਚ ਸੱਟ ਵੱਜੀ ਹੈ ਮੈਂ ਕੋਈ ਭੁੱਲਿਆ। ਹੋ ਸਕਿਆ ਕਿਵੇਂ? ਹੋ ਸਕਿਆ ਕਿਵੇਂ? ਹੋ ਸਕਿਆ ਮੈਂ ਇਬਾਦਤ ਦਾ ਮੁਨਕਰ ਹੋ ਕੇ ਸ਼ੈਤਾਨ ਬਣਿਆ ਹੀ ਨਹੀਂ। ਜਿਹੜੀ ਸ਼ੈਅ ਦਾ ਮੁਨਕਰ ਹੋ ਕੇ ਮੈਂ ਸ਼ੈਤਾਨ ਨਹੀਂ ਬਣਿਆ, ਮੈਂ ਬੰਦਿਆਂ ਨੂੰ ਕਿਉਂ ਰੋਕਾਂ? ਉਸ ਆਖਿਆ ਮੈਂ ਬੰਦਿਆਂ ਨੂੰ ਅੱਲਾ ਦੀ ਇਬਾਦਤ ਤੋਂ ਨਹੀਂ ਰੋਕਾਂਗਾ, ਨਬੀਆਂ ਦੇ ਇਹਤਰਾਮ ਤੋਂ ਰੋਕਾਂਗਾ। ਮੈਨੂੰ ਕਿਉਂਕਿ ਸਾਰੇ ਮਸਲਕ ਸੁਣਦੇ ਨੇ, ਆਖਿਆ ਨਹੀਂ ਤਾਂ ਤੁਸੀਂ ਸੁਬਾਹ ਕਰੋ ਤਜਰਬਾ, ਜਿਹੜਾ ਤੁਹਾਡੇ ਇਲਾਕੇ ਵਿੱਚ ਜਾਂ ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ ਕੋਈ ਦੂਸਰਾ ਮੁਸਲਮਾਨ ਰਹਿੰਦਾ ਹੋਵੇ ਉਹਨਾਂ ਦਾ ਮੋਬਾਈਲ ਚੈੱਕ ਕਰੋ, ਜੇ ਵਿੱਚੋਂ ਡੋਗਰ ਨਾ ਨਿਕਲ ਆਵੇ ਅੱਲਾ ਦੀ ਕਸਮ ਜਿਹੜੀ ਸਜ਼ਾ ਦੇ ਉਹ ਮੈਨੂੰ ਕਬੂਲ ਆ। ਉਲਾਮਾ ਹੱਕਾ ਦੇ ਕੋਲ ਖੜ ਕੇ ਵਾਅਦਾ ਪਿਆ ਕਰਨਾ, ਤਿੰਨ ਮੌਲਵੀ ਉਹਨਾਂ ਦੇ ਥੱਲੇ ਡੋਗਰ, ਅੱਗੇ ਪੰਜ ਮੌਲਵੀ ਉਹਨਾਂ ਦੇ ਥੱਲੇ ਤੇ ਕਿੱਥੇ ਡੋਗਰ? ਸਾਡੇ ਮੁੰਡਿਆਂ ਨੇ ਕਿਉਂ ਸੁਣਦੇ ਹੋ ਗਏ ਸਵਾਦ ਆਉਂਦਾ ਸਵਾਦ ਸਾਹਬ ਲੈ ਰਹੇ ਉਹ ਮੇਰੇ ਨਾਲ ਪਿਆਰ ਕਰਦੇ ਤੇ ਮੈਨੂੰ ਵੀ ਕੋਈ ਉਹਨਾਂ ਦੀ ਗੱਲ ਵੀ ਮੰਨਣੀ ਚਾਹੀਦੀ ਹੈ। ਉਹ ਫਰਮਾਉਂਦੇ ਨੇ ਕਿ ਆਹ ਸੀਰਤ ਬਿਆਨ ਕਰੇ ਨਾ, ਤੋ ਹਮ ਵੀ ਆਪ ਕੋ ਸੁਣਦੇ ਹਾਂ ਲੋਦਾ ਸੀਰਤ ਬਿਆਨ ਕਰੇ। ਮੈਂ ਆਹਨਾ ਕਿ ਅਗਰ ਕੋਈ ਸਰਕਾਰ ਦਾ ਮਿਲਾਦ ਬਿਆਨ ਕਰ ਰਿਹਾ ਹੈ ਤੇ ਜਿਹੜੇ ਸੀਰਤ ਬਿਆਨ ਕਰਦੇ ਨੇ ਉਹਨਾਂ ਨੂੰ ਆਉਣਾ ਚਾਹੀਦਾ, ਪਿਆਰ ਕਰਨਾ ਚਾਹੀਦਾ। ਜੇ ਕੋਈ ਸੀਰਤ ਬਿਆਨ ਕਰਦਾ ਤੇ ਕਰੇ, ਆਟਾ ਨੀ ਕਰਦਾ ਬਈ, ਆਟਾ ਦੀ ਸੀਰਤ ਕਰਦਾ ਤੇ ਹੈ ਨਾ। ਲੇਕਿਨ ਮੈਂ ਇੱਕ ਨੂੰ ਆਖਿਆ, ਮੈਂ ਕਿਹਾ ਭਾਈ ਅੱਜ ਤੂੰ ਮੈਨੂੰ ਸੁਣਾ ਵੀ ਸੀਰਤ ਨਬੀ ਤੂੰ ਸੁਣਾ। ਕਹਿਣ ਲੱਗੇ ਬਸ ਆਪ ਕਿਆ ਸੁਣਾਏ, ਕਿਆ ਅੱਲਾ ਕੇ ਨਬੀ ਕੀ ਸੀਰਤ ਸੁਣਾਏ, ਇਸ ਕਦਰ ਗਰੀਬੀ ਕਾ ਆਲਮ ਥਾ, ਇਸ ਕਦਰ ਏਕ ਦਿਨ ਕਾ ਖਾਨਾ ਤੋ ਕੋਈ ਕਈ ਦਿਨ ਫਾਕੇ ਕਾ ਆਲਮ ਥਾ। ਮੈਂ ਕਿਹਾ ਵੀ ਕਿਸੇ ਹਕੂਮਤ ਦੇ ਤਹਿਤ ਜ਼ਹਿਰੀ ਤੌਰ ਗੁਰਮਤ ਸਾਈਆਂ ਤੇ ਮਾਲਕ ਰੱਖੀ ਏ ਤਾਂ ਕਿ ਉਮਤ ਵਾਸਤੇ ਹਕੂਮਤ ਬਣ ਜਾਏ, ਪਰ ਜਿਵੇਂ ਤੂੰ ਜ਼ੋਰ ਪਿਆ ਲਾਨਾ ਇੰਜ ਨਹੀਂ। ਅਖੇ ਕਿਉਂ? ਮੈਂ ਕਿਹਾ ਉਹਦੀ ਮੈਂ ਦਲੀਲ ਦਿੰਦਾ, ਮੈਂ ਏਡੀ ਸਾਦੀ ਦਲੀਲ ਦਿਆਂਗਾ ਨੁਕਤਾ ਏਡਾ ਹੋ ਜਾਏਗਾ ਉਹ ਚ ਕੋਈ ਬੋਲੇ ਤੇ ਕੋਈ ਨਾ ਬੋਲੇ। ਮੈਂ ਆਖਿਆ ਗਰੀਬ ਆਖਣ ਵਾਲੇ ਆ, ਮੈਨੂੰ ਇਸ ਪਿੰਡ ਦੇ ਅੰਦਰ ਉਹ ਵੱਡਾ ਚੌਧਰੀ ਵਿਖਾ ਜਿਹੜਾ ਹੋਵੇ ਚੌਧਰੀ, ਤੇ ਜਿਹੜਾ ਪਿੰਡ ਵਿੱਚ ਸਾਈਕਲਾਂ ਨੂੰ ਪੈਂਚਰ ਲਾਉਂਦਾ ਹੋਵੇ ਉਹ ਚੌਧਰੀ, ਉਹਨੂੰ ਆਖੇ ਵੀ ਭਾਈ ਆ ਮੇਰੀਆਂ ਟੂਮਾਂ ਬਤੌਰੇ ਅਮਾਨਤ ਲੈ। ਅੱਛਾ ਚੌਧਰੀਆਂ ਦੇ ਗਰਾਜ ਵਿੱਚ ਮੈਂ ਗਰੀਬ ਬੰਦੇ ਨੂੰ ਰਕਸ਼ਾ ਖੜਾ ਕਰਦਾ ਵੇਖਿਆ, ਮੈਂ ਅਮੀਰ ਬੰਦੇ ਦੇ ਗਰਾਜ ਵਿੱਚ ਗਰੀਬ ਬੰਦੇ ਨੂੰ ਵੇਖਿਆ ਵੀ ਭਾਈ ਆ ਮੇਰੀ ਗੱਡੀ ਖੜੀ ਕਰ ਲੈ ਕਿਉਂਕਿ ਤੂੰ ਡਾਟਾ ਬੰਦਾ ਹੈ ਚੋਰਾਕਾਰੀ ਹੈ। ਮੈਨੂੰ ਇੱਕ ਨੰਬਰਦਾਰ ਇਹਦਾ ਨਹੀਂ ਲੱਭਿਆ ਜਿਹਨੇ ਆ ਕੇ ਚਾਹ ਦੇ ਖੋਖੇ ਵਾਲੇ ਬੰਦੇ ਨੂੰ ਆਖਿਆ ਹੋਵੇ ਵੀ ਆ ਕੋਈ 2.5 ਲੱਖ ਰੁਪਇਆ ਤੇ ਅਮਾਨਤ ਰੱਖ, ਹੋ ਸਕਿਆ ਮੈਂ ਇਹਨੇ ਜੋਗਾ ਨਹੀਂ। ਕਰਾਂ ਗੱਲ ਵਾਦਾ ਕਰਦੇ ਵੀ ਬੋਲੋ ਵੀ ਉੱਚਾ।
ਮੈਂ ਨਾ ਪੂਰੇ ਮੱਕੇ ਦੇ ਅੰਦਰ ਮੈਨੂੰ ਇੱਕ ਚੌਧਰੀ ਵਿਖਾ ਹੋਏ ਜਿਹਦੀਆਂ ਟੂਮਾਂ ਮੇਰੇ ਨਬੀ ਕੋਲ ਬਤੌਰੇ ਅਮਾਨਤ ਨਹੀਂ ਸੀ। ਗਰੀਬ ਬੰਦੇ ਕੋਲ ਤੇ ਕੋਈ ਅਮਾਨਤ ਹੀ ਨਹੀਂ ਰੱਖਦਾ। ਇਹ ਮੱਕੇ ਦੇ ਨੰਬਰਦਾਰ ਮਾਨਤਾ ਰੱਖਦੇ ਸੀ, ਕੀ ਸਮਝ ਕੇ ਰੱਖਦੇ ਸੀ? ਦੋ ਗੱਲਾਂ, ਜਾਂ ਤੇ ਮੱਕੇ ਦੇ ਲੋਕ ਜਾਣਦੇ ਸੀ ਇਹਦੇ ਜੇ ਅਮੀਰ ਕੋਈ ਨਹੀਂ, ਤੇ ਜਾਂ ਫਿਰ ਮੇਰੇ ਆਕਾ ਨੂੰ ਅੱਲਾ ਨੌਕਰ ਇੰਡੇ ਦਿੱਤੇ ਸੀ ਕਿ ਹਜ਼ਰਤ ਉਮਰ ਜੈਸੇ ਬੰਦੇ ਆਖਿਆ ਸੀ ਯਾ ਹਜ਼ਰਤ ਅਮਾਨਤਾ ਤੁਸਾਂ ਰੱਖੋ, ਪੈਰਾ ਮੈਂ ਦਿੰਦਾ, ਜਿਹੜਾ ਤੇਰੇ ਘਰ ਵੱਲ ਮੈਲੀ ਅੱਖ ਵੇਖੇਗਾ ਉਮਰ ਉਹਦੀ ਅੱਖ ਬਾਹਰ ਕੱਢ ਦੇਵੇਗਾ। ਮੈਂ ਆਖਰ ਵਿੱਚ ਸਰਕਾਰ ਦੀ ਇੱਕ ਸੀਰਤ ਦੀ ਗੱਲ ਸੁਣਾਉਣਾ ਚਾਹ ਥਕੇ ਤੇ ਨਹੀਂ। ਅਸੀਂ ਬੜੇ ਖੁਸ਼ ਹੋ ਕੇ ਕਰਦਿਆਂ ਨੂੰ 18 ਜਿਹੜੇ ਜਿਹੜੇ ਮੌਲਵੀ ਮੇਰੀ ਡੈਰੀ ਚੈੱਕ ਕੀਤੀ ਨਾ, ਜਾਣ ਕੇ ਵੜ ਕੇ ਖੋਲ ਕੇ ਆਉਂਦਾ, ਆਹ ਗੁਜਰਾਤ ਵੀ ਲਿਖੀ ਏ, ਉਹ ਬਣਦਾ ਨਾ ਗੁਜਰਾਤ ਵੀ ਹੈ। ਹੁਣ ਮੈਂ ਜਦੋਂ ਜਾਵਾਂਗਾ ਤਕਰੀਰ ਕਰਨ ਕੇ ਵਾਪਸ, ਫਿਰ ਵੀ ਮੈਨੂੰ ਪੁੱਛਣਗੇ ਵੀ ਸੁਣਾ ਜਲਸੇ ਜਿੱਥੇ ਜਿੱਥੇ ਗਿਆ ਤੇ ਕਿਹੜੀ ਸ਼ਾਹ ਮਸ਼ਹੂਰ ਸੀ। ਮੈਂ ਦੱਸਾਂਗਾ ਵੀ ਮੁਲਤਾਨ ਦਾ ਸੋਹਨ ਹਲਵਾ ਮਸ਼ਹੂਰ ਸੀ, ਵਜ਼ੀਰਾਬਾਦ ਦੇ ਚਾਕੂ ਮਸ਼ਹੂਰ ਸੀ, ਤੇ ਫੈਸਲਾਬਾਦ ਦਾ ਕੱਪੜਾ ਮਸ਼ਹੂਰ ਸੀ, ਤੇ ਗੁਜਰਾਤੀਆਂ ਦੀ ਚੁੱਪ ਮਸ਼ਹੂਰ ਸੀ। ਅੱਲਾਹ ਤਾਲਾ ਬਾਬੇ ਨੂੰ ਖੁਸ਼ ਰੱਖੇ, ਅੱਲਾ ਸਿਹਤ ਅਤਾ ਫਰਮਾਏ, ਜ਼ਿੰਦਗੀ ਦਾ ਵਾਧਾ ਘਾਟਾ ਨਹੀਂ ਹੋ ਸਕਦਾ। ਯਾ ਅੱਲਾ ਜਿੰਨੇ ਬਾਬੇ ਬੈਠੇ ਨਾ ਇਹਨਾਂ ਨੂੰ ਸਿਹਤ ਅਤਾ ਫਰਮਾ, ਜਦ ਤੱਕ ਜ਼ਿੰਦਗੀ ਇਹ ਸੋਹਣੀ ਲੰਘੀ। ਬਾਬਿਆਂ ਕੋਲ ਬੈਠਿਆ ਕਰੋ ਤੇ ਆ ਜਿਹੜੀਆਂ ਮੈਂ ਮਿਸਾਲਾਂ ਮਸੂਲਾਂ ਦਿੰਦਾ ਇਹ ਬਾਬਿਆਂ ਤੋਂ ਲੱਭਦੀਆਂ ਨੇ। ਕਈ ਬੰਦੇ ਐਡੇ ਪੜ੍ਹੇ ਲਿਖੇ ਨੇ, ਉਹਨਾਂ ਦੀ ਪੂਰੀ ਦੁਨੀਆਂ ਨਾਲ ਇਖਲਾਕ ਠੀਕ ਏ, ਅੱਬੇ ਨਾਲ ਬੋਲ ਚੱਲ ਨਹੀਂ। ਪੰਦਰਵੇਸ਼ ਕੇ ਸਾਥ ਹਮ ਨਹੀਂ ਬੋਲੇਗੀ ਹਮਾਰਾ ਅੱਬਾ ਹੈ। ਮੈਨੂੰ ਇੱਕ ਮੁੰਡਾ ਕਹਿਣ ਲੱਗਿਆ ਸਾਡਾ ਅੱਬਾ ਆ ਕੇ ਸ਼ਰਾਬ ਸਾਈਕਲ ਵੀ ਨਹੀਂ ਲੈ ਕੇ ਦਿੰਦਾ, ਮੈਂ ਕਿਹਾ ਫਿਰ ਵੀ ਚੰਗਾ ਹੁੰਦਾ ਅੱਬਾ, ਚਲੋ ਬੰਦਾ ਕਿਸੇ ਨੂੰ ਵਿਖਾ ਹੀ ਲੈਂਦਾ ਵੀ ਆ ਮੇਰਾ ਅੱਬਾ ਹੈ। ਇਹ ਬੜੀ ਗੱਲ ਹੈ, ਬੰਦੇ ਦਾ ਅੱਬਾ ਹੋਵੇ ਤੇ ਬੰਦਾ ਬੰਦਾ ਹੁੰਦਾ, ਜੇ ਅੱਬਾ ਹੀ ਨਾ ਹੋਵੇ ਭਾਵੇਂ 100 ਰੁਪਏ ਦਾ ਮਾਲਕ ਹੋਵੇ, ਕਰੋੜ ਰੁਪਏ ਦੀ ਪੰਜਾਰੋ ਤੋਂ ਥੱਲੇ ਉੱਤੇ ਤੇ 10 ਬੰਦੇ ਗੁੱਸਾ ਚੁੱਕਣ, ਅੱਬਾ ਨਾ ਹੋਵੇ। ਪਰ ਦੋ ਸ਼ਾਵਾਂ ਦਾ ਨੌਕਰ ਨੂੰ ਅੱਬਾ ਨਹੀਂ ਲੱਭਿਆ, ਇੱਕ ਬਲੇਲਰ ਮੁਰਗੇ ਦਾ ਨਹੀਂ ਲੱਭਿਆ, ਇੱਕ ਨਬੀ ਦੇ ਗੁਸਤਾਖ ਦਾ ਨਹੀਂ ਲੱਭਿਆ। ਮੈਂ ਬਈ ਸ਼ਰੀਅਤ ਦੀ ਇਹ ਗੱਲ ਸੁਣਾਉਣਾ ਚਾਹੁੰਦਾ ਤਾਂ ਕਿ ਮੇਰੇ ਜਿਹੜੇ ਭਾਈ ਨੇ ਉਹ ਵੀ ਰਾਜ਼ੀ ਹੋ ਜਾਣ ਵੀ ਬਰੇਲਵੀਆਂ ਦਾ ਮੌਲਵੀ ਬਹੁਤ ਹੀ ਮੁਖਲਸ ਸੀ ਔਰ ਬੜਾ ਫਰਾਜ਼ਦਿਲ ਸੀ, ਉਹਨੇ ਉਹ ਮੌਜੂ ਪੜਿਆ ਜਿਹੜਾ ਸਾਨੂੰ ਪਸੰਦ ਹੈ। ਮੈਂ ਇੱਕ ਸ਼ੀਰਤ ਦੀ ਬਾਤ ਸਰਕਾਰ ਦੀ ਸੁਣਾਉਣਾ ਚਾਹੁੰਦਾ। 25 ਸਾਲਾਂ ਤੋਂ ਕੋਈ 2-2.5 ਮਹੀਨੇ ਘੱਟ ਸੀ ਮੇਰੇ ਆਕਾ ਦੀ ਜ਼ਹਿਰੀ ਉਮਰ ਪਾਕ, ਜਦੋਂ ਦੀ ਗੱਲ ਕਿਉਂ ਸੁਣਾਉਣਾ, ਇਹ ਸਕੂਲਾਂ ਚ ਥੋੜੀ ਜਿਹੀ ਗੱਲ ਹੈ ਤੇ ਕਦੇ ਯਾਦ ਵੀ ਨਹੀਂ ਸੀ ਵੀ ਕਦੀ ਮੌਲਵੀ ਬਣਾਂਗੇ ਤੇ ਫਿਰ ਸੁਣਾਵਾਂਗੇ। 25 ਸਾਲਾਂ ਤੋਂ 2-2.5 ਮਹੀਨੇ ਘੱਟ ਮੇਰੇ ਆਕਾ ਦੀ ਜ਼ਹਿਰੀ ਉਮਰ ਪਾ ਕੇ ਤੇ ਹਜ਼ਰਤ ਖਤੀਜਾਤੁਲ ਕੁਬਰਾ ਇਹ ਸਰਕਾਰ ਦਾ ਹਰਮ ਏ, ਮੇਰੇ ਆਕਾ ਦੀ ਪਹਿਲੀ ਘਰਵਾਲੀ ਏ ਤੇ ਸਾਡੀ ਇਹ ਮਾਂ ਏ। ਸੁਭਾਨਅੱਲਾਹ ਸੁਭਾਨਅੱਲਾਹ। ਇੱਕ ਤੁਹਾਨੂੰ ਵੰਡ ਕਰਕੇ ਸਮਝਾਵਾਂ ਮਸਲੇ ਦੀ ਕਰਾਂ ਵੰਡ। ਸੁਭਾਨਅੱਲਾਹ। ਮੈਂ ਇੱਥੇ ਖਲੋ ਕੇ ਆਖਾਂ ਹਜ਼ਰਾਤ, ਇਹ ਸੌਣ ਵਾਲਾ ਮੋਮਨ ਹੈ ਮਿਸਾਲ ਦਿੱਤੀ ਹੈ, ਗੱਲ ਨੂੰ ਵਧਾਇਆ ਨਾ ਕਰੋ, ਗੱਲ ਸਮਝਿਆ ਕਰੋ। ਇਹ ਸੌਣ ਵਾਲਾ ਖਲੋ ਕੇ ਆਕੇ ਵੀ ਹਜ਼ਰਾਤ, ਮੈਂ ਬੜੇ ਬੜੇ ਮੌਲਵੀਆਂ ਦੀਆਂ ਤਕਰੀਰਾਂ ਸੌਣ ਵਿੱਚ ਕਰਾਈਆਂ, ਲੇਕਿਨ ਡੋਗਰ ਮੋਮਨ ਹੈ ਠੀਕ ਹੈ, ਇਹ ਉਹਨਾਂ ਦੀ ਮੋਮਨ ਹੈ ਜਿੰਨੀ ਮੇਰੀ ਔਕਾਤ, ਤੇ ਮੈਂ ਉਹਨਾਂ ਦੀ ਮੋਮਨ ਹਾਂ ਜਿੰਨੀ ਇਹਦੀ ਅਸਲੀ ਹੈ। ਸੋਹਣੇ ਅੱਲਾ ਕੋਲੋਂ ਨਾ ਪੁੱਛੀਏ, ਯਾ ਅੱਲਾ ਹਜ਼ਾਰਾਂ ਦਾ ਇਜਤਮਾ ਹੈ ਤੇ ਉਹਨਾਂ ਮਹਾਕਾ ਬੈਠੇ ਤੇ ਸੋਹਣਾ ਸੱਯਦ ਬੈਠਾ ਹੈ ਤੇ ਮੇਰਿਆ ਰੱਬਾ ਰੌਲਾ ਬੜਾ ਪਿਆ, ਤੂੰ ਦੱਸ ਮੋਮਨ ਕੌਣ ਏ? ਅੱਲਾ ਆਂਦਾ ਜੇ ਮੋਮਨ ਮੇਰੀ ਨਿਗਾਹ ਚ ਬਣਨਾ ਚਾਹੁੰਦਾ ਤੇ ਇੱਕੋ ਹੀ ਗੱਲ ਏ, ਹਜ਼ਰਤ ਆਇਸ਼ਾ ਤੋਂ ਸਦੀਕਾ ਨੂੰ ਮਾਂ ਮੰਨ ਜਾ, ਤੈਨੂੰ ਹੋਰ ਕੋਈ ਮੰਨੇ ਤੇ ਭਵੇਂ ਨਾ ਮੰਨੇ, ਮੈਂ ਰੱਬ ਆਨਾ ਤੂੰ ਮੋਮਨ ਏ। ਜਨਾਬੇ ਖਤੀਜਾ ਤੁਲ ਕੁਬਰਾ ਨੂੰ ਮਾਂ ਮੰਨ ਜਾ, ਮੈਂ ਰੱਬ ਆਨਾ ਤੂੰ ਮੋਮਨ ਏ। ਲੋਕੋ ਮੈਂ ਗੱਲ ਕਿਹਾ ਮੁਕਾਨਾ ਵੰਡ ਕਰ ਦਿੱਤੀ ਏ, ਐਡੇ ਵੱਡੇ ਇਜਤਮਾ ਵਿੱਚ ਕਿਸੇ ਮੋਮਨ ਵੇਖਣਾ ਹੋਵੇ ਨਾ, ਸਿੰਘ ਨਹੀਂ ਹੁੰਦੇ ਮੋਮਨ ਦੇ,
ایک ہی طریقہ ہے، مومن عائشہ نو ماں مننے کا، مومن خدیجہ کبرا نو ماں مننے کا، تے خاندانی تے شریف گھراں دے بچے، میں کی آخ برف دے پھٹیا تے بہ کے ماما دا گلا نہیں کر، نسلی گھر دی اولاد چوکا چ بہ کے ماما دی توہین نہیں کرتی، سنی داڑی منیا ہو سکتا ہے، بے نوازی ہو سکتا ہے، واہ سنیا تیرا عقیدہ نبی دی بیویاں نو ماں مندا ہے، آقا دیاں چار تیاں دا حیا کردا ہے، نبی دے صحابہ دا احترام کردا ہے، نبی دی یاد تے درود پڑھدا ہے، اے میرے نبی نو بھی مندا ہے تے نبی دے چار چفیرے نو بھی مندا ہے، خوش رہو جی. اے بی بی نے پیغام دیتا کہ میں عرب دی عرب پتی عورت ہاں، تے بندے میرا مال لے کے منڈی وچ جاندے ہیں، اے محمد بن عبداللہ صلی اللہ علیہ وسلم، جے تو بھی میرا مال لے کے منڈی جائے میں وعدہ کر لیا جڑا منافع ہویا دعا تھا. آخری گل ایک وجہ رکھی سائیاں، فرمایا مینوں تجارت دی ضرورت نہیں، لیکن اس نیت نال تیرا مال لے کے منڈی جانا تاکہ قیامت تک تجارت کرنا میری امت واسطے میری سنت بن جائے. علامہ نقشبندی صاحب قبلہ کتھے نے؟ قبلہ صاحب میں کئی جلسے اتنے گل دسنا بھی ہزاراں انج دے کم نے جنہ دی نبی نو ضرورت نہیں، نبی کیتے تانے تاکہ مسلم لفظ کہہ دینا مسلم. آج اسی مسواک کرنے کی دی سنت ہے، میں دونوں ہاتھ کھڑے کر کے آنا میرے نبی نو مسواک کی لوڑ نہیں. کیوں مسواک کی جانی ہے؟ منہ دی بو دور ہو جائے، جہاں پسینہ اپنا تولا ہو جائے. سبحان اللہ. تے کیتی کیوں؟ نبی نو پتا سی نا کہ میری امت ہے تقریر دے بھی شکین ہون گے تے بیڑے دے بھی دشمن ہون گے. ماں کھل جائے جتھوں نبے نسوار بیڑا. نبی آ کہلا جی تینوں شوق ہے نا اللہ دے دین پہچان دا، پہلے اتھوں آئیں نہیں پھیر کے منہ وچ نہ پا کر، منہ کر صاف ہونا کہ حضرات محترم آ کے بیڑا ٹاپ ہوے تاکہ بلا جانے میں کی پیار بیٹھے امامت پہ بڑی بڑی گلا کر جانا میں، آلما والی گلا کر جانا بندے نہیں سمجھتے. وہ آدھے نہیں ان پڑھے، آپ جو آدھا ان پڑھے. خدا نا جی واسطہ خدا دا نکے نکے میرے بچے نا نہ چڑھو میرے پیچھے، بڑا چکتے این گریف دے مروانا ساڈا شیر آوے ساڈا شیر چھاوے شیر جیل چ جاوے حرام جے کوئی پیچھو جانا ہوئے آندنی اللہ دا حکم ہی ہوئے. میں جدو 2014 چڑیا میں بالکل چھڑ دیتی آرش ہے، میں وہی سیدھی سیدھی تقریر کرو پیچھے کوئی نہیں آئی تقریر تو بعد کوئی راہ نہیں دستا. میرے بابا شبیر شاہ کیا بات ہے سید بنڈا کی فرمایا تقریر تو بعد مولوی پڑھے اخبار کی طرح چپ بچ پکوڑے بیچے کوئشے بیچے نسوار پا کے بیچے ریوڑیاں بیچے صبح نواں. واہ شاہ جی تے قبر تے اللہ کروڑا رام تھا نازل کرے کیا کہنا. فزانے مدینہ والے نعرے تے لوان سکھا دیں، لیکن ذرا جسم تھوڑا جا کمزور ہے بس تھوڑے لایا کرو. کیا بات ہے عزیزا نگرامی، تیرے تے میرے پیارے پیغمبر سرکار مدینہ صلی اللہ علیہ وسلم نے مال چوکے اٹھا تے لدیا، ارادہ کیتا منڈی والے پاسے جاواں، جناب خدیجہ الکبریٰ دا خاص نوکر سی جی دا نام سی میسرہ، بی بی
ਬੀਬੀਆਂ ਦੀ ਮੈਸਰਾ ਤੂੰ ਮੁਹੰਮਦ ਬਿਨ ਅਬਦੁੱਲਾ ਦੇ ਨਾਲ ਰਹਿਣਾ ਹੈ ਸੱਲੱਲਾਹੁ ਅਲੈਹਿ ਵਸੱਲਮ। ਇਹਦੀ ਨਕਲੋ ਹਰਕਤ ਉੱਤੇ ਕਿਸੇ ਕਿਸਮ ਦੀ ਤਨਕੀਦ ਨਹੀਂ ਕਰਨੀ, ਸਫ਼ਰ ਨਾਲ ਕਰਨਾ ਹੈ। ਜਦੋਂ ਵਾਪਸ ਆਏਗਾ ਮੈਂ ਚੰਦ ਸਵਾਲ ਕਰਾਂਗੀ, ਅਗਰ ਤੂੰ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਵਾਅਦਾ ਕਰਨੀ ਆ ਤਨਖਾਹ ਡਬਲ ਦਿਆਂਗੀ, ਅਹੁਦਾ ਬੜਾ ਦਿਆਂਗੀ, ਜਦ ਤੱਕ ਜ਼ਿੰਦਾ ਰਹਾਂਗੀ ਤੇਰੀ ਨੌਕਰੀ ਪੱਕੀ। ਮੈਸਰਾ ਨਾਲ ਗਿਆ, ਉਲਾਮਾ ਹੱਕਾਂ ਨੇ ਲਿਖਿਆ ਉਹ ਸਾਲ ਇੰਨਾ ਮੁਨਾਫਾ ਹੋਇਆ, 40 ਸਾਲਾਂ ਵਿੱਚ ਵੀ ਇੰਨਾ ਮੁਨਾਫਾ ਨਹੀਂ ਸੀ ਹੋਇਆ। ਮੇਰੇ ਆਕਾ ਨੇ ਸਾਰਾ ਮਾਲ ਚੁੱਕ ਕੇ ਜਨਾਬੇ ਖਤੀਜਾ ਨੂੰ ਦਿੱਤਾ। ਮੇਰੇ ਆਕਾ ਨੇ ਸਲਾਮ ਆਪਣੇ ਘਰ ਤਸ਼ਰੀਫ ਲੈ ਗਏ, ਜਨਾਬੇ ਖਤੀਜਾ ਤੁਲ ਕੁਬਰਾ ਰਜ਼ੀ ਅੱਲਾਹੁ ਤਾਲਾ, ਉਹਨਾਂ ਇੱਕ ਚਾਦਰ ਦਾ ਪਰਦਾ ਬਣਾਇਆ, ਪਰਦਾ ਬਣਾ ਕੇ ਇੱਕ ਕੁਰਸੀ ਦੇ ਉੱਤੇ ਮੈਸਰਾ ਨੂੰ ਬਿਠਾਇਆ, ਦੂਸਰੀ ਕੁਰਸੀ ਉੱਤੇ ਬੀਬੀ ਆਪ ਬਹਿ ਗਈ। ਆਦਵੇ ਚਾਦਰ ਦਾ ਪਰਦਾ ਹੈ, ਕੁਰਾਨ ਨਾਜ਼ਲ ਨਹੀਂ ਹੋਇਆ, ਪਰਦੇ ਦੀਆਂ ਐਤਾਂ ਨਾਜ਼ਲ ਨਹੀਂ ਹੋਈਆਂ, ਜਨਾਬੇ ਖਦੀਜਾ ਤੁਲ ਕੁਬਰਾ ਮੇਰੇ ਨਬੀ ਦੇ ਹਰਮ ਵਿੱਚ ਸ਼ਾਮਲ ਨਹੀਂ ਹੋਈ। ਪਹਿਲੇ ਪਰਦਾ ਪੇ ਕਰ ਦਈਏ, ਇਹੀ ਸੁਨੀਆਂ ਹਨਫੀਆਂ ਦਾ ਕੀਦਾ ਤੇ ਇਮਾਨ ਹੈ ਕਿ ਜਿਹੜੀਆਂ ਨਬੀ ਦੀਆਂ ਘਰ ਵਾਲੀਆਂ ਹੋਇਆ ਕਰਦੀਆਂ ਹਨ, ਪਰਦੇ ਤੋਂ ਪਹਿਲੇ ਵੀ ਪਰਦ ਹੋਇਆ ਕਰਦੀਆਂ ਹਨ। ਬੀਬੀਆਂ ਦੀ ਮੈਸਰਾ ਕਿੰਨੇ ਦਿਨ ਰਿਹਾ ਮੁਹੰਮਦ ਬਿਨ ਅਬਦੁੱਲਾ ਦੇ ਨਾਲ? ਆਂਦਾ ਬੀਬੀ ਕਈ ਦਿਨ ਤੇ ਕਈ ਰਾਤਾਂ। ਫਰਮਾਇਆ ਕਈ ਦਿਨ ਤੇ ਕਈ ਰਾਤਾਂ ਦੇ ਅੰਦਰ ਉਹਦੇ ਕਿਰਦਾਰ ਦੇ ਅੰਦਰ ਕੋਈ ਧੱਬਾ ਵੇਖਿਆਈ ਤੇ ਬਿਆਨ ਕਰ, ਕਿਸੇ ਕਿਸਮ ਦਾ ਕੋਈ ਧੱਬਾ ਵੇਖਿਆਈ ਤੇ ਗੱਲ ਕਰ। ਕੈਸਾ ਅੰਦਾਜ਼ ਹੈ ਇੱਕ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਗੁਲਾਮ ਦਾ, ਅੱਲਾ ਦੇ ਪਿਆਰੇ ਪੈਗੰਬਰ ਦੀ ਇੱਜ਼ਤ ਸ਼ਾਨ ਤੇ ਮੁਕਾਮ ਨੂੰ ਬੁਲੰਦ ਕਰਨ ਵਾਸਤੇ ਤਰੀਕਾ ਵੇਖੋ। ਬੀਬੀਆਂ ਦੀ ਕਿਸੇ ਕਿਸਮ ਦਾ ਕੋਈ ਫਰਮਾਇਆ ਧੱਬਾ ਵੇਖਿਆਈ ਤੇ ਗੱਲ ਕਰ। ਮੈਸਰਾ ਆਂਦਾ ਬੀਬੀ ਕੀ ਪੁੱਛਣੀ ਹੈ? ਜਿਸ ਵਕਤ ਮੈਂ ਮੰਡੀ ਵਿੱਚ ਗਿਆ, ਅਬੂ ਜੈਲ ਮਾਲ ਵੇਚ ਕੇ ਵਾਪਸ ਜਾ ਰਿਹਾ ਸੀ, ਅਬੂ ਲਾ ਮਾਲ ਵੇਚ ਕੇ ਵਾਪਸ ਜਾ ਰਿਹਾ ਸੀ, ਉਤਬਾ ਤੇ ਉਤੈਬਾ ਵਾਪਸ ਜਾ ਰਹੇ ਸੀ, ਮੰਡੀ ਵਿੱਚ ਕੋਈ ਵਿਰਲਾ ਵਿਰਲਾ ਬੰਦਾ, ਕੋਈ ਛਿੱਟਾ ਛੜਾ ਬੰਦਾ ਰਹਿ ਗਿਆ ਸੀ। ਆਂਦਾ ਬੀਬੀ ਮੈਂ ਬੜਾ ਪਰੇਸ਼ਾਨ ਸਾਂ ਕਿ ਬੜਾ ਪਰੇਸ਼ਾਨ ਸਾਂ ਕਿ ਹਾਸ਼ਮੀ ਸ਼ਹਿਜ਼ਾਦਾ ਪਹਿਲੀ ਵਾਰੀ ਮੰਡੀ ਵਿੱਚ ਆਇਆ ਹੈ, ਪਤਾ ਨਹੀਂ ਇਹ ਸਾਲ ਕੀ ਬਣੇਗਾ। ਆਂਦਾ ਬੀਬੀ ਜਦੋਂ ਮੈਂ ਹਾਸ਼ਮੀ ਸ਼ਹਿਜ਼ਾਦੇ ਦੇ ਚਿਹਰੇ ਦੀ ਜ਼ਿਆਰਤ ਕੀਤੀ, ਮੈਨੂੰ ਚਿਹਰੇ ਦੇ ਉੱਤੇ ਨਾ ਕੋਈ ਗਮ ਨਾ ਕੋਈ ਉਦਾਸੀ ਦੇ ਨਿਸ਼ਾਨ ਨਜ਼ਰ ਆਏ, ਬਲਕਿ ਮੈਂ ਵੇਖਿਆ ਚਿਹਰਾ ਗੁਲਾਮ ਦੇ ਫੁੱਲਾਂ ਦੀ ਤਰ੍ਹਾਂ ਪਿਆ ਖਿੜਦਾ ਹੈ। ਮੈਨੂੰ ਆਂਦੇ ਨੇ ਮੈਸਰਾ ਕੀ ਹੋਇਆ ਜੇ ਬੰਦੇ ਚਲੇ ਗਏ? ਫਿਕਰ ਨਾ ਕਰ, ਮੰਡੀ ਵਿੱਚ ਮਾਲ ਰੱਖ ਕੇ ਹੋਕਾ ਦੇਣਾ ਤੇਰਾ ਕੰਮ ਹੈ, ਮਾਲ ਜਾਣੇ ਮੁਹੰਮਦ ਦਾ ਅਰਸ਼ ਵਾਲਾ ਖੁਦਾ ਜਾਣੇ। ਆਂਦਾ ਬੀਬੀ ਮੈਂ ਮੰਡੀ ਚ ਮਾਲ ਰੱਖਿਆ ਤੇ ਮੌਕਾ ਦਿੱਤਾ, ਮੈਂ ਕਿਹਾ ਲੋਕੋ ਮਾਲ ਲੈਣਾ ਨਾ ਲੈਣਾ ਤੁਹਾਡੇ ਨਸੀਬ ਦੀ ਗੱਲ ਹੈ, ਹਾਸ਼ਮੀ ਸ਼ਹਿਜ਼ਾਦਾ ਹੈ, ਹਾਸ਼ਮੀ ਖਾਨਦਾਨ ਦਾ ਤਲਕ ਹੈ, ਪਹਿਲੀ ਵਾਰੀ ਮੰਡੀ ਚ ਆਇਆ ਜ਼ਿਆਰਤ ਤੇ ਕਰੋ। ਆਂਦਾ ਬੀਬੀ ਗਿਆ ਮਜਮਾ ਵਾਪਸ ਆ ਗਿਆ, ਉਹਨਾਂ ਆਖਿਆ ਮੁਹੰਮਦ ਬਿਨ ਅਬਦੁੱਲਾ ਪੈਸੇ ਮੰਗ ਆਪਣੇ ਸੌਦੇ ਦੇ। ਇਹਨਾਂ ਪੰਜ ਮੰਗੇ ਬੰਦਿਆਂ 10 ਦਿੱਤੇ, ਇਹਨਾਂ 10 ਮੰਗੇ ਬੰਦਿਆਂ 20 ਦਿੱਤੇ। ਬੀਬੀ ਜੋ ਇਹਨਾਂ ਮੰਗਿਆ ਬੰਦਿਆਂ ਵੱਧ ਮੁਨਾਫਾ ਦਿੱਤਾ, ਵੱਧ ਨਜ਼ਰਾਨਾ ਪੇਸ਼ ਕੀਤਾ। ਬੀਬੀ ਇੱਕ ਗੱਲ ਦੀ ਸਮਝ ਹੀ ਨਹੀਂ ਆਈ, ਬੰਦੇ ਮਾਲ ਵੱਲ ਘੱਟ ਵੇਂਦੇ ਸੀ, ਹਾਸ਼ਮੀ ਸ਼ਹਿਜ਼ਾਦੇ ਦਾ ਚਿਹਰਾ ਬਹੁਤ ਤੱਕ। ਮੈਸਰਾ ਮੈਂ ਜਿਹੜੀ ਗੱਲ ਪੁੱਛੀ ਹੈ, ਕਿਸੇ ਕਿਸਮ ਦਾ ਕਿਰਦਾਰ ਦੇ ਅੰਦਰ ਧੱਬਾ ਹੋ ਹੀ ਨਹੀਂ ਸਕਦਾ, ਲੇਕਿਨ ਮੈਂ ਆਨੀ ਆ ਇੰਨੇ ਦਿਨ ਜੋ ਨਾਲ ਰਿਹਾ ਹੈ ਕਿਸੇ ਕਿਸਮ ਦੀ ਗੱਲ ਤੋਂ ਬਿਆਨ ਕਰ। ਮੁਸਲਮਾਨੋ ਮੈਸਰਾ ਦਾ ਬੀਬੀ ਕੀ ਪੁੱਛਣੀ ਹੈ? ਜਦੋਂ ਸਫ਼ਰ ਜਾਰੀ ਹੋਇਆ ਰਸਤੇ ਦੇ ਅੰਦਰ ਇੱਕ ਮੁਕਾਮ ਆ ਗਿਆ ਜਿਹੜਾ ਪਾਣੀ ਮਸ਼ਕੀਜ਼ੀਆਂ ਵਿੱਚ ਲੈ ਕੇ ਗਿਆ ਸਾਂ, ਪਾਣੀ ਮੁੱਕ ਗਿਆ। ਮੈਂ ਅਰਜ਼ ਕੀਤੀ ਕਿਬਲਾ ਪਾਣੀ ਮੁੱਕ ਗਿਆ? ਇਹਨਾਂ ਫਰਮਾਇਆ ਮੈਸਰਾ ਜੰਗਲ ਵਿੱਚ ਕੋਈ ਕੂਆਂ ਵੇਖ। ਆਂਦਾ ਚੰਦ ਕਦਮਾਂ ਦੇ ਉੱਤੇ ਮੈਂ ਖੂਹ ਵੇਖਿਆ, ਡੋਲ ਸੁੱਟਿਆ ਪਾਣੀ ਬਾਹਰ ਕੱਢਿਆ, ਪਾਣੀ ਗਰਮ ਵੀ ਸੀ, ਪਾਣੀ ਜਾਲੇਦਾਰ ਵੀ ਸੀ, ਪਾਣੀ ਕਰਵਾ ਵੀ ਸੀ, ਗਰਮ ਵੀ ਸੀ, ਜਾਲੇਦਾਰ ਵੀ ਸੀ, ਕਰਵਾ ਵੀ ਸੀ। ਬੀਬੀ ਇਸ ਹਾਸ਼ਮੀ ਸ਼ਹਿਜ਼ਾਦੇ ਨੇ ਆਪਣੇ ਮੂੰਹ ਵਿੱਚੋਂ ਥੋੜਾ ਜਿਹਾ ਥੁੱਕ ਮੁਬਾਰਕ ਕੱਢਿਆ, ਪਾਣੀ ਵਿੱਚ ਸੁੱਟ ਦਿੱਤਾ। ਬੀਬੀ ਫੇਰ ਜਦੋਂ ਮੈਂ ਕੜਵਾ ਪਾਣੀ ਮੂੰਹ ਨਾਲ ਲਾਇਆ, ਉਸ ਕੜਵੇ ਪਾਣੀ ਨੇ ਮੇਰਾ ਮੂੰਹ ਹੀ ਮਿੱਠਾ ਕਰ ਦਿੱਤਾ। ਬੀਬੀ ਆਂਦੀ ਹੈ ਮੈਸਰਾ ਤੂੰ ਮੇਰੀ ਗੱਲ ਨਹੀਂ ਸਮਝਿਆ, ਮੈਂ ਆਨੀ ਆ ਹੋਰ ਗੱਲ ਬਿਆਨ ਕਰਾਂ। ਦਾ ਬੀਬੀ ਕੀ ਪੁੱਛਣੀ ਹੈ? ਫੇਰ ਸਫ਼ਰ ਸ਼ੁਰੂ ਹੋ ਗਿਆ, ਰਸਤੇ ਦੇ ਅੰਦਰ ਇੱਕ ਇੰਜ ਦਾ ਮੁਕਾਮ ਆਇਆ ਜਿਹੜੀਆਂ ਖਜੂਰਾਂ ਘਰੋਂ ਲੈ ਕੇ ਗਿਆ ਸਾ, ਖਜੂਰਾਂ ਮੁੱਕ ਗਈਆਂ। ਇਹ ਜਿਹੜਾ ਹਾਸ਼ਮੀ ਸ਼ਹਿਜ਼ਾਦਾ ਸੀ, ਨਾ ਬਹੁਤਾ ਖਾਂਦਾ ਸੀ, ਨਾ ਬਹੁਤਾ ਪੀਂਦਾ ਸੀ, ਨਾ ਬਹੁਤਾ ਸੌਂਦਾ ਸੀ। ਬੀਬੀ ਮੈਂ ਅਰਜ਼ ਕੀਤੀ ਕਿਬਲਾ ਤੂੰ ਤੇ ਖਾਣ ਪੀਣ ਦਾ ਮੁਹਤਾਜ ਕੋਈ ਨਹੀਂ, ਲੇਕਿਨ ਖਜੂਰਾਂ ਮੁੱਕ ਗਈਆਂ, ਮੇਰੇ ਖਾਣ ਦਾ ਇੰਤਜ਼ਾਮ ਕਰ। ਬੀਬੀ ਜਿਹੜਾ ਇਹ ਹਾਸ਼ਮੀ ਸ਼ਹਿਜ਼ਾਦਾ ਸੀ, ਨਾ ਬਹੁਤਾ
ਪੋਤਾ ਖਾਂਦਾ ਸੀ ਨਾ ਪੋਤਾ ਪੀਂਦਾ ਸੀ ਨਾ ਪੋਤਾ ਸੌਂਦਾ ਸੀ। ਇੱਕ ਵਾਰੀ ਤੁਸੀਂ ਵੀ ਦਿਲ ਵਿੱਚ ਆਖੋ, ਜਿਹੜਾ ਆਸ਼ਮੀ ਸ਼ਦਾਦਾ ਸੀ ਨਾ ਪੋਤਾ ਖਾਂਦਾ ਸੀ ਨਾ ਪੋਤਾ ਪੀਂਦਾ ਸੀ ਨਾ ਪੋਤਾ। ਅੱਜ ਵੀ ਨਬੀ ਦਾ ਪਿਆਰ ਜਿਹਦੇ ਦਿਲ ਚ ਆ ਜਾਏ ਉਹਦਾ ਖਾਣਾ ਵੀ ਘੱਟ ਹੋ ਜਾਂਦਾ, ਪੀਣਾ ਵੀ ਤੇ ਸੌਣਾ ਵੀ। ਤੇ ਜਿਹੜਾ ਬੰਦਾ ਆਖੇ ਵੀ ਪਿਛਲੇ ਸਾਲ ਅਸੀਂ ਕੋਈ 75 ਮਣ ਦਾਣੇ ਰੱਖੇ ਸੀ, ਐਤਕੀ ਅਸੀਂ ਕੋਈ 100 ਮਣ ਰੱਖਾਂਗੇ, ਅਗਲੇ ਸਾਲ 150 ਰੱਖ ਲੈ, ਅੱਲਾ ਦੀ ਕਣਕ ਦੀਆਂ ਦੁਸ਼ਮਣਾਂ, ਉਹ ਤੇ ਗੰਦਮ ਦਾ ਦੁਸ਼ਮਣ ਹੈ। ਨਬੀ ਦਾ ਪਿਆਰ ਆ ਜਾਏ, ਖਾਣਾ ਵੀ ਘੱਟ ਹੋ ਜਾਂਦਾ, ਸੋਹਣਾ ਵੀ ਘੱਟ ਹੋ ਜਾਂਦਾ, ਪੀਣਾ ਵੀ ਘੱਟ ਹੋ ਜਾਂਦਾ ਹੈ। ਮੈਂ ਅਰਜ਼ ਕੀਤੀ, ਕਿਬਲਾ ਮੇਰੇ ਖਾਣ ਦਾ ਇੰਤਜ਼ਾਮ ਕਰੋ। ਇਹਨਾਂ ਫਰਮਾਇਆ, ਜੰਗਲ ਵਿੱਚ ਕੋਈ ਖਜੂਰ ਵੇਖ, ਆਂਦਾ ਚੰਦ ਕਦਮਾਂ ਉੱਤੇ ਤੇ ਮੈਂ ਖਜੂਰ ਵੇਖੀ, ਖਜੂਰ ਜੰਗਲ ਦੇ ਅੰਦਰ ਅੱਗ ਲੱਗਣ ਦੀ ਵਜ੍ਹਾ ਨਾਲ ਖੱਜੀ ਝੁਲਸ ਗਈ ਸੀ। ਬੀਬੀ ਇਸ ਆਸ਼ਮੀ ਸ਼ਹਿਜ਼ਾਦੇ ਨੇ ਨਿਗਾਹਾਂ ਦਾ ਨੂਰ ਸੁੱਟਿਆ, ਖੱਜੀ ਨੇ ਇੰਜ ਖਬੜੇ ਪਾਰ ਕੱਢੇ, ਇੰਜ ਸਰ ਸਬਜ਼ ਹੋਈ ਜਿਵੇਂ ਕੋਈ ਵਿਛੜਿਆ ਸੱਜਣ ਆਪਣੇ ਸੱਜਣ ਦੀ ਮੁਲਾਕਾਤ ਦੇ ਟਾਈਮ ਜੱਫੀ ਪਾਉਣ ਵਾਸਤੇ ਬਾਹਾਂ ਬੁਲੰਦ ਕਰਦਾ ਹੈ। ਬੀਬੀ ਆਂਦੀ ਹੈ, ਮੈਸਰਾ ਫੇਰ ਕੀ ਹੋਇਆ? ਆਂਦਾ ਬੀਬੀ, ਅਗਲੀ ਗੱਲ ਨੇ ਤੇ ਕਮਾਲ ਕਰ ਦਿੱਤਾ, ਹੱਕ ਬਣਦਾ ਸੀ ਆਸ਼ਮੀ ਸ਼ਹਿਜ਼ਾਦਾ ਆਪ ਹੀ ਖਜੀਆਂ ਤੋੜਦਾ, ਮੈਨੂੰ ਵੀ ਖਵਾਉਂਦਾ ਆਪ ਹੀ ਖਾਂਦਾ, ਆਪ ਖਜੀਆਂ ਤੋੜਦਾ ਮੈਨੂੰ ਵੀ ਖਿਲਾਉਂਦਾ ਆਪ ਹੀ ਖਾਂਦਾ। ਬੀਬੀ ਇੰਜ ਨਹੀਂ ਹੋਇਆ, ਖੱਜੀ ਕਦਮਾਂ ਦੇ ਅੰਦਰ ਚੁੱਕ ਗਈ, ਖਜੂਰ ਇੰਜ ਖਜੀਆਂ ਪੇਸ਼ ਕਰ ਰਹੀ ਸੀ ਜਿਵੇਂ ਕੋਈ ਸ਼ਰੀਫ ਮੇਜ਼ਬਾਨ ਆਪਣੇ ਇੱਜ਼ਤਦਾਰ ਮਹਿਮਾਨ ਦੀ ਬਾਰਗਾਹ ਦੇ ਅੰਦਰ ਖਾਣਾ ਪੇਸ਼ ਕਰਦਾ। ਬੀਬੀ ਕਹਿੰਦੀ ਹੈ, ਮੈਂ ਨਹੀਂ ਆ ਕਿਰਦਾਰ ਵਿੱਚ ਕੋਈ, ਪਹਿਲੀ ਵਾਰੀ ਗੁੱਸਾ ਲੱਗਿਆ ਤੇ ਮੈਂ ਸਾਰਾ ਕੁਰਸੀ ਤੋਂ ਖੜਾ ਹੋ ਕੇ ਆਂਦਾ, ਬੀਬੀ ਨੌਕਰ ਰੱਖ ਤੇ ਭਵੇਂ ਨਾ ਰੱਖ, ਤਨਖਾਹ ਦੇ ਤੇ ਭਵੇਂ ਨਾ ਦੇ, ਉਸ ਦੇ ਵਿੱਚ ਉਹ ਸੋਹਣੀ ਹਸਤੀ ਤੇ ਸੋਹਣੀ ਜ਼ਾਤ ਵਿੱਚ ਮੈਂ ਕੀ ਐ ਬਿਆਨ ਕਰ ਸਕਣਾ ਜਿਹਨੂੰ ਬਣਾਉਣ ਵਾਲੇ ਨੇ ਪੂਰੀ ਦੁਨੀਆ ਵਿੱਚੋਂ ਬੇਮਿਸਲ ਵੀ ਬਣਾਇਆ ਤੇ ਬੇਮਿਸਾਲ ਵੀ ਬਣਾਇਆ। ਅੱਲਾ ਦੀ ਨਿਮਤ ਮਿਲੇ ਤੇ ਸ਼ੁਕਰੀਆ ਅਦਾ ਕਰਨਾ ਚਾਹੀਦਾ। ਇੱਕ ਵਾਰੀ ਸਾਰੇ ਸ਼ੁਕਰੀਆ ਅਦਾ ਕਰੋ ਕਿ ਅਕੀਦਾ ਸਾਡਾ ਬਹੁਤ ਅੱਛਾ ਹੈ, ਆਖੋ ਅਲਹਮਦੁਲਿਲਾ, ਸਾਡੇ ਵਿੱਚ ਗੁਸਤਾਖੀ ਬੇਅਦਬੀ ਜਿਹਨੂੰ ਕੋਈ ਨਾ ਮੰਨੇ ਤੇ ਉਹਨੂੰ ਵੀ ਅਸਾਂ ਮੰਨਦੇ ਹਾਂ, ਬੜੀ ਬਾਤ ਹੈ। ਲੇਕਿਨ ਸਿਰਫ ਇੱਕੋ ਹੀ ਖਾਮੀ ਹੈ, ਉਹ ਦੂਰ ਹੋ ਜਾਏ ਤੇ ਜੰਨਤ ਸਾਡੀ ਵੱਟ ਤੇ ਪਈ ਹੈ। ਉਹ ਮੈਂ ਖਾਮੀ ਲੱਭੀ ਹੈ ਮੈਂ ਸੁਣਾਉਣਾ, ਤੇ ਮੈਂ ਸਿੱਖੀ ਬੰਦਾ ਨਹੀਂ, ਅਗਰ ਕੋਈ ਆਲਮੇ ਦੀ ਮੈਨੂੰ ਕਹਿ ਛੱਡੇ ਵੀ ਡੋਗਰੇ ਤੇਰੀ ਤਰਕੀ ਗਲਤ ਹੈ, ਆਪਾਂ ਹੁਣੇ ਮਾਫ਼ੀ ਮੰਗ ਲਾਂਗੇ, ਅਜੇ ਤਾਂ ਕਹਾਂਗੇ ਨਹੀਂ। ਉਹ ਖਾਮੀ ਇਹ ਵੇ ਕਿ ਇੱਕ ਤੇ ਅਸੀਂ ਨਮਾਜ਼ ਵਿੱਚ ਗਫਲਤ ਕਰਦੇ ਹਾਂ, ਤੇ ਇੱਕ ਆਪਣੇ ਉਲਾਮਾ ਦਾ ਇਹਤਰਾਮ ਜਿਵੇਂ ਕਰਨਾ ਚਾਹੀਦਾ ਉਂਜ ਨਹੀਂ ਪੈ ਕਰਦੇ। ਆ ਦੋ ਕੰਮ ਤੁਸਾਂ ਕਰ ਲਓ ਨਾ ਤੇ ਜੰਨਤ ਤੁਹਾਡੀ ਵੱਟ ਤੇ ਪਈ ਹੈ, ਤੇਰੇ ਮੁਸਲਕ ਵਾਲੇ ਪਾਸੇ ਕੋਈ ਮੈਲੀ ਅੱਖ ਨਾ ਵੇਖੇ। ਨਮਾਜ਼ ਦੀ ਪਾਬੰਦੀ ਉਲਾਮਾ ਦੀ ਇੱਜ਼ਤ, ਪੀਰ ਵੀ ਉਹ ਪਕੜ, ਮੁਰਸ਼ਦ ਵੀ ਉਹ ਪਕੜ ਜਿਹੜਾ ਮੁਰੀਦ ਤਣ ਤੋਂ ਬਾਅਦ ਪਹਿਲਾ ਹੁਕਮ ਜਾਰੀ ਕਰੇ, ਤੂੰ ਨਮਾਜ਼ ਪੜ੍ਹੇਗਾ ਤੇ ਸਾਡਾ ਮੁਰੀਦ ਹੈ, ਵਰਨਾ ਤੂੰ ਮੁਰੀਦ ਕੋਈ ਨਹੀਂ ਤੇ ਅਸਾਂ ਤੇਰੇ। ਸਾਡੇ ਮੁਰੀਦ ਹੋ ਜਾਓ, ਨਮਾਜ਼ਾਂ ਪੰਜੇ ਹੀ ਮਾਫ਼ ਜਿਹੜੇ ਦੂਜੇ ਭਰਾ ਬੈਠੇ ਹੋ, ਬਰੇਲਵੀਆਂ ਦੇ ਇਲਜ਼ਾਮ ਨਾ ਲਾਓ, ਸਿਰ ਵਿੱਚ ਆ ਕੇ ਗਲਤ ਇਲਜ਼ਾਮ ਨਾ ਲਾਓ, ਇਲਜ਼ਾਮ ਲਾਉਣ ਵਾਲਾ ਬੰਦਾ ਨਹੀਂ ਬਖਸ਼ਿਆ ਜਾਏਗਾ। ਸਾਡਾ ਐਸੇ ਪੀਰ ਨਾਲ ਕੋਈ ਤਲਕ ਨਹੀਂ ਜਿਹੜਾ ਸ਼ਰੀਅਤ ਦਾ ਤਾਰਕ ਹੈ ਜਾਂ ਨਮਾਜ਼ ਨਹੀਂ ਪੜ੍ਹਦਾ। ਉਹ ਸੈਯਦ ਸੈਯਦ ਨਹੀਂ ਰਹਿੰਦਾ ਜਿਹੜਾ ਸਿਹਾਬਾ ਦੀ ਤੋਹੀਨ ਕਰੇ। ਸੈਯਦ ਗੁਨਾਹਗਾਰ ਹੋ ਸਕਦਾ, ਕੀਤੇ ਦਾ ਭੈੜਾ ਨਹੀਂ ਹੋ ਸਕਦਾ, ਕਿਉਂਕਿ ਔਲਾਦੇ ਫਾਤਿਮਾ ਖੂਨੇ ਫਾਤਿਮਾ ਤੋਂ ਜ਼ਾਰਾ ਕਦੀ ਫਿੱਟ ਨਹੀਂ ਸਕਦਾ। ਮੇਰੀ ਇੱਕ ਪੀਰ ਨਾਲ ਗੱਲ ਹੋਈ, ਉਹ ਸਾਡਾ, ਮੈਂ ਪਟਿਆਲੇ ਦਾ ਮੌਲਵੀ ਹੈ, ਯਾਨੀ ਸਾਹ ਸਵੇਰੇ ਵਾਲ ਸਾਹਿਬ ਹਿੰਦੁਸਤਾਨੋਂ ਪਟਿਆਲੇ ਚੋਂ ਆਏ ਸੀ। ਉਹ ਸਾਡੇ ਸ਼ਹਿਰ ਚ ਪਟਿਆਲੇ ਰਹਿੰਦੇ ਨੇ, ਕਸਾਈ ਹੋਰ ਵੀ, ਉਹ ਮੈਨੂੰ ਪਿਆਰ ਕਰਦੇ ਨੇ ਵੀ ਸਾਡਾ ਪਿੱਛੋਂ ਪਟਿਆਲੇ ਦਾ ਮੌਲਵੀ। ਉਹ ਪੀਰ ਆ ਗਿਆ, ਮੈਨੂੰ ਮੁੰਡਾ ਜੁਮੇ ਤੋਂ ਬਾਅਦ ਆਉਂਦਾ ਹੈ, ਅਖੇ ਹਜ਼ਰਤ ਸਾਹਿਬ ਬਾਬੇ ਹੋਰੀ ਆਏ ਜਿਆਦਤ ਵਾਸਤੇ, ਚਲੋ ਜਿਆਦਤ ਵਾਸਤੇ, ਜਿਆਦਤ ਵਾਸਤੇ ਮੈਂ ਗਿਆ ਜਿਆਦਤ ਵਾਸਤੇ। ਤੇ ਅਸਰ ਦੀ ਉਹਨਾਂ ਕੋਈ ਨਾ ਪੜੀ, ਮਗਰਬ ਦੀ ਵੀ ਨਾ ਪੜੀ, ਤੇ ਇਸ਼ਾ ਤੱਕ ਮੈਂ ਵੀ ਜ਼ਰਾ ਛਿਲ ਗਿਆ, ਮੌਲ ਵੀ ਸਾ ਨਾ,
ਮੈਂ ਕਿਹਾ ਬਾਬਾ ਜੀ ਨਮਾਜ਼ ਮੈਨੂੰ ਆਉਂਦਾ ਹੈ, ਹੁਣ ਕੁੱਤਾ ਕੱਢ ਅੰਦਰ ਨਾ ਕੀ ਕੱਢ ਕੁੱਤਾ, ਉਹ ਵਿਚਲਾ ਕੁੱਤਾ ਕੱਢ ਨਮਾਜ਼ਾਂ ਹੀ ਨਮਾਜ਼ਾਂ ਨੇ, ਕੁੱਤਾ ਕੱਢ ਕੁੱਤਾ ਕੱਢ ਕੁੱਤਾ ਅੰਦਰ ਸਾਫ਼ ਕਰ। ਮੈਂ ਕਿਹਾ ਅੱਛਾ ਜਿਹੜੇ ਨਮਾਜ਼ਾਂ ਨੇ ਪੜ੍ਹਦੇ ਨੇ ਇਹਨਾਂ ਦਾ ਅੰਦਰ ਸਾਫ਼ ਨਹੀਂ, ਵਈ ਅੰਦਰ ਸਾਫ਼ ਹੁੰਦਾ ਤੇਜ਼ ਪੜ੍ਹਦੇ ਅੰਦਰ ਸਾਫ਼ ਕਰ। ਮੈਂ ਹੱਥ ਬੰਨ ਲੈ, ਕਿਉਂਕਿ ਮੈਨੂੰ ਬਾਬੇ ਸ਼ਬੀਰ ਸ਼ਾਹ ਆਖਿਆ ਸੀ ਵੀ ਬੰਗਲੇ ਦਰਜੇ ਦਾ ਚਵਲ ਪੀ ਹੋਵੇ ਨਾ ਜਦੋਂ ਮੁਰੀਦਾਂ ਚ ਬੈਠਾ ਹੋਵੇ ਉਹਨੂੰ ਨਾ ਛੇੜਿਓ, ਕਿਉਂਕਿ ਮੁਰੀਦ ਉਦੋਂ ਵੱਡੇ ਬੇਵਕੂਫ ਹੁੰਦੇ। ਕਿਆ ਤਜਰਬੇ ਜੀ ਗੱਲਾਂ ਨੇ ਬਾਬੇ। ਮੈਂ ਹੱਥ ਬੰਨ ਕੇ ਅੱਛਾ ਬਾਬਾ ਜੀ ਚਲੋ ਮੇਰਾ ਤੇ ਅੰਦਰ ਸਾਫ਼ ਨਹੀਂ, ਮੈਂ ਤੇ ਤਾਂ ਪੜ੍ਹਨਾ ਹੈ ਨਬੀ ਪਾਕ ਦੇ ਅੰਦਰ ਦੇ ਮੁਤਲਕ ਕੀ ਖਿਆਲ ਹੈ। ਮਾਰ ਮਾਰ ਕੇ ਮੈਨੂੰ ਉਹਦਾ ਸਾਫ ਸੀ, ਮੈਂ ਕਿਹਾ ਉਹਦੇ ਪੰਜ ਟਾਈਮ ਆਪ ਪੜ੍ਹਦੇ ਸਨ ਤੇ ਪੜ੍ਹਾਉਂਦੇ ਸਨ ਤੇ ਜਮਾਤ ਕਰਾਉਂਦੇ ਸਨ, ਮੌਲਾ ਨਹੀਂ ਹੈਗੇ ਸਾਫ ਸੀ। ਮੈਂ ਕਿਹਾ ਇੱਕ ਕਿਸਾ ਹੋਈ ਸੂਰਜ ਵਾਪਸ ਆ ਗਿਆ, ਮੌਲਾ ਹੁਸੈਨ ਦਾ ਕੇ ਸਾਫ ਸੀ। ਮੈਂ ਕਿਹਾ ਤੀਰਾਂ ਨੇ ਮੁਸੱਲੇ ਤੇ ਦਿੱਤੀ। ਬਾਬੇ ਮੁਹੰਮਦ ਬਸ਼ੀਰ ਨੂੰ ਜਾਣਦੇ? ਉਹ ਬੋਲੋ ਵੀ ਸਹੀ, ਆ ਤੁਹਾਡੇ ਜੋ ਨਾਂ ਨੇ ਬੋਲੋ, ਬੋਲਦੇ ਨਹੀਂ ਇੰਜ ਹਿਲਦੇ ਹੋ ਕੀ, ਤੁਹਾਨੂੰ ਸੁਪਰੰਤ ਆਇਆ ਬੋਲੋ ਕਿ ਕੀ ਹੋਏ, ਕਹਿੰਦੇ ਹਿਲੀ ਜਾਂਦਾ ਬੋਲਦਾ ਨੀ ਕਰੰਟ ਆ ਗਿਆ ਤੁਹਾਨੂੰ। ਮੈਂ ਕਿਹਾ ਬਾਬਾ ਬਸ਼ੀਰ ਜਾਣਦੇ ਕੋਲਜ ਦੁਆਰਾ ਜਾਣਦੇ ਆ।